ਅਬਸ਼ੀਆ ਤਲਵਾਰਾਂ ਬੇਨਿਆਮ ਕੀਤੀਆਂ ਨੇ, ਮੇਰੀ ਸੈਣ ਦੇ ਪਾਸੇ ਤੁਰੇ ਨੇ। ਇਹਨਾਂ ਦਾ ਸਰਦਾਰ ਇਹਨਾਂ ਦੇ ਅੱਗੋਂ ਆਏ, ਦੇ ਕੇ ਆਦੇ ਰੁਕ ਵੰਜੋ ਮੈਂ ਸਰਦਾਰਾ, ਮੈਂ ਆਪ ਗੱਲ ਕਰੇਂਦਾ। ਅਬਸ਼ੀ ਦੇ ਕੇ ਆਦੇ ਨੇ ਸਭ ਪੁੱਛਦੇ ਆ, ਇਸ ਬੀਬੀ ਜੁਰਤ ਕਿਵੇਂ ਕੀਤੀ ਹੈ, ਸਾਰੀ ਗੈਰਤ ਨੂੰ ਕਿਉਂ ਲਲਕਾਰਿਆ। ਸਰਦਾਰ ਆਦੇ ਮੈਂ ਆਪ ਪਤਾ ਕਰੇਂਦਾ, ਮੇਰੀ ਸੈਣ ਦੇ ਸਾਹਮਣੇ ਆਇਆ, ਦੇਖਣਾ ਮੇਰੇ ਪਾਸੇ। ਹਬਸ਼ੀਆਂ ਦੇ ਸਰਦਾਰ ਦਾ ਵਜੂਦ ਕੰਬਦਾ ਪਿਆ। ਇਹ ਦੇਖ ਕੇ ਆਦਾ ਮੈਂ ਵੰਜ ਕੇ ਪੁੱਛਦਾ, ਤੁਸਾਂ ਦੁਆ ਮੰਗੋ, ਇਨਸ਼ਾਅੱਲਾ ਉਹ ਨਾ ਹੋਵੇ। ਹਏ ਜਾਨੂੰ ਸਮਝ ਆਈਏ, ਮੇਰੀ ਸੈਣ ਦੇ ਸਾਹਮਣੇ ਆਇਆ, ਦੇਖ ਕੇ ਆਦਾ ਬੀਬੀ ਅੱਲਾ ਦਾ ਨਾ ਹੀ ਦੱਸ, ਸਾਡੀ ਗੈਰਤ ਨੂੰ ਕਿਉਂ ਲਲਕਾਰੇ। ਹੱਬਜ ਦੀ ਮਲਕਾ ਸਿਰ ਚਾਏ, ਦੇ ਗਿਆ ਦੀਏ ਪਹਿਲੇ ਤੂੰ ਦੱਸ, ਤੂੰ ਕਿੱਥੋਂ ਦਾ ਵਸਦਾ ਏ। ਹਾਏ ਹਾਏ, ਇਹਦੇ ਕਿਆ ਦਾ ਹੱਬਜ, ਹੱਬਜ ਦਾ ਨਾਮ ਹੈ ਮੇਰੀ ਸੈਣ। ਫੌਰਨ ਦੂਸਰਾ ਸਵਾਲ ਕਰਕੇ ਆਦੀਏ, ਆਪਣੇ ਬਾਦਸ਼ਾਹ ਦਾ ਨਾਮ ਦੱਸਾ। ਤੜਪਾ ਅਬਸ਼ੀਆਂ ਦਾ ਸਰਦਾਰ, ਦੇ ਕਿਆ ਦਾ ਬੀਬੀ ਤੂੰ ਮਸਤੂਰ ਨਾ ਹੋਇਆ, ਮੈਂ ਪੁੱਛ ਗਈ ਨਾ ਕਿਵੇਂ ਜੁਰਤ ਕੀਤੀ ਏ। ਬੀਬੀ ਤੂੰ ਜਾਣਦੀ ਨਹੀਂ, ਸਾਡਾ ਬਾਦਸ਼ਾਹ ਨਹੀਂ ਸਾਡੀ ਮਲਕ ਏ, ਵੱਡੀ ਇੱਜ਼ਤ ਦੀ ਮਾਲਕ ਏ, ਵੱਡੀ ਸ਼ਾਨ ਦੀ ਮਾਲਕ ਏ। ਤਖ਼ਤ ਤੇ ਜੁੱਤੀ ਰੱਖ ਕੇ ਮਦੀਨੇ ਵਾਲੇ ਸੈਦਾਂ ਦੀ ਨੌਕਰੀ ਤੇ ਤੁਰ ਪਈ। ਹਾਏ ਸਦਕੇ ਸਦਕੇ ਸਦਕੇ, ਮੈਂ ਲੱਖ ਸਦਕੇ ਸਦਕੇ। ਸ਼ਾਇਦ ਤੁਸੀਂ ਜਾਣਦੇ ਨਾ ਕਿਸ ਅਜ਼ਮਤ ਦੀ ਮਾਲਕ ਏ, ਕਿਸ ਸ਼ਾਨ ਦੀ ਮਾਲਕ ਏ। ਜਿਹੜਾ ਅਬਸ਼ੀਆਂ ਦੇ ਸਰਦਾਰ ਨੇ ਗੱਲ ਕੀਤੀ ਏ, ਮੇਰੀ ਸੈਂਡੇ ਕਿਹਾ ਜੀ ਮੈਂ ਕੂੰ ਦੱਸਾ, ਜਿਹਦੇ ਦੀ ਤੇਰੀ ਮਲਕਾ ਇਸ ਦਰਬਾਰ ਚਾ ਵਣੇ, ਸੁਜਾਣ ਗਿਨਸੇ। ਹਾਏ ਸੁਜਾਣ ਗਿਨਸੇ, ਇਹ ਤੜਪਾ ਦੇ ਕਿਹਾ ਦੇ ਬੀਬੀ ਮੈਂ ਹਜਾ ਪਿਆ ਕਰੇਂਦਾ, ਮੈਂ ਪਹਿਲੇ ਵੀ ਆਖਿਆ ਵਰੀ ਅਜ਼ਮਤ ਦੀ ਮਾਲਕ ਏ, ਵਰੀ ਸ਼ਾਨ ਦੀ ਮਾਲਕ ਏ, ਸਭ ਤੋਂ ਵਰੀ ਸ਼ਾਨ ਮਦੀਨੇ ਵਾਲੇ ਸੈਦਾਂ ਦੀ ਨੌਕਰ ਏ। ਇਹ ਆਦੇ ਕੁਜਾ ਸ਼ਰਾਬੀ ਦਾ ਦਰਬਾਰ, ਕੁਜਾ ਸਾਡੀ ਮਲਕਾ, ਕੁਜਾ ਸ਼ਰਾਬੀ ਦਾ ਦਰਬਾਰ, ਕੁਜਾ ਸਾਡੀ ਮਲਕਾ, ਜਿਹੜਿਆ ਹੈ ਨਹੀਂ ਕੀਤੀ। ਹੱਬਾ ਇਸ ਦੀ ਮਲਕਾ ਸਿਰ ਚਾ ਕੇ ਆਦੀਏ, ਸੁਜਾਣ ਤੇਰੀ ਮਲਕਾ ਮੈਂ ਆ, ਤੇਰੀ ਸ਼ਹਿਜ਼ਾਦੀ ਮੈਂ ਆ। ਤੜਪੇ ਤਲਵਾਰ ਬੇਨਿਆਮ ਕੀਤੀ, ਉਸਦੇ ਕਿਆ ਦਾ ਸਿਰ ਝੁਕਾ, ਮੈਂ ਹੁਣੇ ਤੇਰਾ ਸਿਰ ਕਲਮ ਕਰੇਂਦਾ। ਇਹਦੇ ਕਿਆ ਦਾ ਮੈਨੂੰ ਪੱਕ ਹੋ ਗਿਆ, ਮਦੀਨੇ ਵਾਲੇ ਸੈਦਾਂ ਦੀ ਨੌਕਰੀ ਛੋੜ ਦਿੱਤੀ ਏ। ਜੇ ਮਦੀਨੇ ਵਾਲੇ ਸੈਦਾਂ ਦੀ ਨੌਕਰ ਆਵਿਆਂ, ਸ਼ਰਾਬੀ ਦੇ ਦਰਬਾਰ ਨਾ ਆਵਿਆਂ। ਰੁਨੀਏ ਹੱਬਸ਼ ਦੀ ਮਲਕਾ ਰੋ ਕੇ ਵੈਣ ਕਰਕੇ ਆਦੀਏ, ਉੱਚਾ ਨਾ ਬੋਲ, ਮੈਂ ਕੱਲੀ ਨਾ ਅਲੀ ਦੀ ਧੀ ਨਾਲ। ਹਾਏ ਹਾਏ, ਮੈਂ ਕੱਲੀ ਨਾ ਅਲੀ ਦੀਆਂ ਨੂੰਹਾਂ ਨਾਲ, ਮੈਂ ਕੱਲੀ ਨਾ ਅਲੀ ਦੀਆਂ ਧੀਆਂ ਨਾਲ। ਜਿਹੜਾ ਹਬਸ਼ੀਆਂ ਨੂੰ ਪਤਾ ਲੱਗੇ, 900 ਹਬਸ਼ੀਆਂ ਤਲਵਾਰਾਂ ਬੇਨਿਆਮ ਕੀਤੀਆਂ ਯਜ਼ੀਦ ਦੇ ਤਖ਼ਤ ਦੇ ਸਾਹਮਣੇ ਆਏ, ਦੇ ਗਿਆ ਦਿਨ ਬੇਗੈਰਤ, ਸਾਡੇ ਨਾਲ ਧੋਖਾ ਕਿਉਂ ਕੀਤੇ। ਇਹ ਪਰੇਸ਼ਾਨ ਹੋਇਆ ਹਬਸ਼ੀਆਂ ਦਿਨ ਬੇਗੈਰਤ ਸਾ ਕੁੰਡ ਸਾ, ਤੈ ਤਾ ਕੇ ਮੈਂ ਬਾਗੀ ਮਰਾਏ, ਕਿਹੜੇ ਜੁਰਮ ਵਿੱਚ ਬਤੂਲ ਦਾ ਬਚੜਾ ਕੁਹਾਏ। ਇਹ ਬੇਗਰਤ ਪਰੇਸ਼ਾਨ ਹੋ ਗਿਆ ਦੇ, ਹੁਸੈਨ ਨਮਾਜ਼ ਨਹੀਂ ਪੜਦਾ, ਲਾਨਤ ਬੇਸ਼ੁਮਾਰ। ਇਹ ਬੇਗਰਤ ਪਰੇਸ਼ਾਨ ਹੋ ਗਿਆ ਦੇ, ਹੁਸੈਨ ਨਮਾਜ਼ ਨਹੀਂ ਪੜਦਾ। ਜਿਵੇਂ ਜੋ ਮਲਕਾ ਅਬਸ਼ ਦੀ ਕੰਨ ਤੇ ਮੱਥਾ ਰੱਖੀ ਖੜੀ ਆਈ, ਹੱਕਲ ਮਾਰ ਗਿਆ ਦੀਏ ਅੰਮਾ ਹੁਣ ਹਟ ਵਾ। ਬੀਬੀ ਆਦੀ ਅੰਮਾ ਇਸੇ ਦੀ ਵਾਸਤੇ ਮੈਂ ਕੈਦ ਹੋਈ ਆ, ਬੀਬੀ ਆਦੀ ਅੰਮਾ ਮੈਂ ਜਾਣਦੀ ਆ ਮੈਂ ਬੇਗਰ
बेगैरत बकवास करे सी अम्मा तू हट वन मैं आप इस बेगैरत नाल गल करे दिया हबल दी मलका हटिए अली दी शरीफ दी यजीद बेगैरत दे पासे देख के बैन करके आ दिए बेगैरत साडे तख्त ते बह के ओ बकवास ना कर बेगैरत दा सरदार बीबी आ दिए तैं क्या समझ कुस वीर गए खातून दीदी लाचार बीबी आ दिए बेगैरत तैनू पता नहीं साडे अख्तियारात क्या क्या है बीबी आ दिए मेरी उंगल दे विच ओ कैनात ही वी करार दीदी करार तेरी शाम दी नगरी कार गार के देवा सजाद करे पहले ते इस बेगैरत नाल गल की दी बत मेरी सैन दा मुंह नजब दे पासे फिरे देख के आ दिए बाबा ली देखिया आधी शराबी नाल खड़ी बुले दिए यजीद दे पासे देख के रो रो के आ दिए बेगैरत आ मौत में दी ओ मैं उजड़ी ते तेरे नाल न मातम सदके आ मौत में दी ओ मैं उजड़ी ते तेरे नाल न बोल न पहुंदा बीबी आ दिए मेरी तर्ज कलाम दे सुनान की ते मैदा टर गया बाबा बीबी आ दिए मेरा बाबा लोदा टर गया अल्लाह लानतुल्लाह।